ਸਤਿ ਸ਼੍ਰੀ ਅਕਾਲ ਸਭ ਦੋਸਤਾਂ ਮਿੱਤਰਾਂ ਦਾ। ਅੱਜ ਆਪਣਾ ਪਹਿਲਾ ਵਲੌਗ ਬਣਾਉਣ ਜਾ ਰਹੇ ਹਾਂ। ਹੋ ਸਕਦਾ ਤੁਹਾਨੂੰ ਇਸ 'ਚ ਡਿਸਟਰਬੈਂਸ ਕ੍ਰੀਏਟ ਹੋਵੇ, ਕੋਈ ਆਵਾਜ਼ ਦੀ ਕਮੀ ਜਾਂ ਕੋਈ ਗੱਲਬਾਤ। ਅੱਜ ਕਿਉਂਕਿ ਮੈਂ ਐਨੀਮਲ ਲਵਰ ਬਹੁਤ ਹਾਂ, ਠੀਕ ਆ, ਪੰਛੀ ਮੈਨੂੰ ਬਹੁਤ ਚੰਗੇ ਲੱਗਦੇ ਆ, ਠੀਕ ਹੈ। ਇਸ ਲਈ ਮੈਂ ਦੇਖੋ ਮੇਰੇ ਪਾਸ ਡੋਗ ਵੀ ਆ, ਪੋਮੇਰੀਅਨ ਡੋਗ ਮੈਂ ਪਾਲਿਆ ਹੋਇਆ ਵਾ, ਠੀਕ ਆ। ਅਤੇ ਅੱਜ ਮੈਨੂੰ ਰਾਸਤੇ ਵਿੱਚ ਕਿਤੇ ਇੱਕ ਪੈਰਟ ਦਾ ਬੱਚਾ ਮਿਲ ਗਿਆ, ਛੋਟਾ ਜਿਹਾ, ਜੋ ਬਹੁਤ ਮਤਲਬ ਕੀ ਆ ਗਰਮੀ ਦੇ ਵਿੱਚ ਡਿੱਗਾ ਪਿਆ ਸੀਗਾ। ਤਾਂ ਮੈਂ ਦੇਖਿਆ ਵੀ ਉਹਨੂੰ ਬਚਾਉਣ ਲਈ ਕੋਸ਼ਿਸ਼ ਕਰਨੀ ਚਾਹੀਦੀ ਆ, ਤਾਂ ਮੇਰੇ ਤੋਂ ਰਿਹਾ ਨਹੀਂ ਗਿਆ, ਮੈਂ ਉਹਨੂੰ ਆਪਣੇ ਨਾਲ ਆਪਣੇ ਘਰ ਲੈ ਆਇਆ। ਤਾਂ ਮੈਂ ਜੋ ਮੇਰੇ ਹਾਲੇ ਮੇਰੇ ਕੋਲ ਪ੍ਰਬੰਧ ਤਾਂ ਕੋਈ ਹੈ ਨਹੀਂ ਗਾ, ਤਾਂ ਮੈਂ ਉਹਨੂੰ ਆਪਣਾ ਜਿਹੜਾ ਡੋਗ ਦਾ ਪਿੰਜਰਾ ਵਾ ਉਹਦੇ ਵਿੱਚ ਇੱਕ ਵਾਰੀ ਰੱਖਿਆ ਵਾ, ਉਹ ਦਿਖਾਉਣਾ ਮੈਂ ਤੁਹਾਨੂੰ। ਇਹ ਦੇਖ ਸਕਦੇ ਤੁਸੀਂ, ਬਹੁਤ ਛੋਟਾ ਵਾ ਬੱਚਾ, ਇਹ ਬਹੁਤ ਛੋਟਾ ਬੱਚਾ। ਹਾਲੇ ਖੁਰਾਕ ਤਾਂ ਮੈਨੂੰ ਪਤਾ ਨਹੀਂ ਲੱਗ ਰਿਹਾ ਵੀ ਕੀ ਖੁਰਾਕ ਦਿੱਤੀ ਜਾਵੇ ਇਹਨੂੰ, ਜੋ ਡਿਸਕਸ ਕਰਦੇ ਹਾਂ ਕਿਸੇ ਨਾ ਕਿਸੇ ਨਾਲ ਵੀ ਇਹਨੂੰ ਕੀ ਖੁਰਾਕ ਦਿੱਤੀ ਜਾਵੇ। ਤੋ ਤੁਸੀਂ ਵੀ ਸਾਰੇ ਕਮੈਂਟ ਕਰਕੇ ਦੱਸਿਓ ਵੀ ਇਹਨੂੰ ਕੀ ਖੁਰਾਕ ਦਿੱਤੀ ਜਾ ਸਕਦੀ ਆ ਅਤੇ ਕਿੱਦਾਂ ਆਪਾਂ ਇਹਨੂੰ ਪਾਲ ਸਕਦੇ ਹਾਂ ਤਾਂ ਜੋ ਇਹਦੀ ਜਾਨ ਬਚਾ ਸਕੀਏ। ਕੋਈ ਇਹਨੂੰ ਕੈਦ ਕਰਕੇ ਰੱਖਣ ਦਾ ਮੇਰਾ ਕੋਈ ਮੋਟਿਵ ਨਹੀਂ ਗਾ, ਆਪਾਂ ਇਹਨੂੰ ਪੰਛੀ ਨੂੰ ਕੈਦ ਕਰਕੇ ਰੱਖਣਾ। ਬਸ ਇੱਕ ਮੇਰੇ ਮਨ ਦੇ ਵਿੱਚ ਇਹ ਸੀ ਵੀ ਇਹ ਬੱਚਾ ਡਿੱਗਾ ਪਿਆ ਸੀਗਾ ਕਿਤੇ, ਅਤੇ ਗਰਮੀ ਦੇ ਵਿੱਚ ਬਹੁਤ ਮਤਲਬ ਝੁਲਸ ਰਿਹਾ ਸੀਗਾ। ਹੁਣ ਆਣ ਕੇ ਇਹਨੂੰ ਫੀਡਿੰਗ ਕੀਤੀ ਆ, ਸਰਿੰਜ ਦੇ ਨਾਲ ਇਹਨੂੰ ਮਤਲਬ ਇਹਨੂੰ ਥੋੜ੍ਹਾ ਪਾਣੀ ਪਿਆਇਆ ਗਿਆ ਵਾ, ਥੋੜ੍ਹਾ ਇਹਨੂੰ ਪਪੀਤਾ ਉਹ ਥੋੜ੍ਹਾ ਮੈਸ ਕਰਕੇ ਦਿੱਤਾ ਇਹਨੂੰ। ਬਾਕੀ ਦੇਖਦੇ ਹਾਂ ਕਿ ਕੋਈ ਸੁਝਾਅ ਮਿਲਦੇ ਆ ਜਾਂ ਹੋਰ ਕਿਸੇ ਤੋਂ ਸੁਝਾਅ ਲੈਂਦੇ ਹਾਂ ਵੀ ਇਹਨੂੰ ਕਿੱਦਾਂ ਆਪਾਂ ਮਤਲਬ ਇਹਦੀ ਆਪਾਂ ਪਾਲਣ ਪੋਸ਼ਣ ਕਰ ਸਕਦੇ ਹਾਂ ਜਾਂ ਇਹਨੂੰ ਕਿੱਦਾਂ ਆਪਾਂ ਰੱਖ ਸਕਦੇ ਹਾਂ ਜਾਂ ਕਿੱਦਾਂ ਇਹਦੀ ਪਰਵਰਿਸ਼ ਕਰਕੇ ਇਹਨੂੰ ਵੱਡਾ ਕਰ ਸਕਦੇ ਹਾਂ। ਸੋ ਧੰਨਵਾਦ, ਅਗਲਾ ਵਲੌਗ ਮੈਂ ਜ਼ਰੂਰ ਜਲਦੀ ਬਣਾਵਾਂਗਾ। ਧੰਨਵਾਦ।